ਤੁਸੀਂ ਨਿੱਕੇ ਨਿੱਕੇ ਹੋ, ਤੁਸੀਂ ਕੌਡੀ ਵਾਲੇ ਪਾਸੇ ਜਾ ਰਹੇ ਹੋ, ਇਹ ਤੁਹਾਨੂੰ ਕੀ ਖਿਆਲ ਹੈ ਤੁਸੀਂ ਕੌਡੀ ਵਾਲੇ ਕਿਉਂ ਹੋਏ ਹੋ, ਕੀ ਵਜ੍ਹਾ? ਸ਼ੌਕ ਪੈ ਗਿਆ? ਇਹ ਸ਼ੌਕ ਕਿੱਥੋਂ ਪਿਆ, ਕਿਵੇਂ ਪੈ ਗਿਆ ਤੁਹਾਨੂੰ? ਹਾਂ ਕੋਪ ਸਾਰੀ ਖੇਡਦੇ ਨੇ? ਹਾਂ ਪਹਿਲੇ ਗਏ ਸੀ ਅਸੀਂ ਲਾਭੂ ਵਾਲੇ, ਉੱਥੇ ਅਸੀਂ ਕੌਡੀ ਵੇਖੀ ਸੀ ਵੜਿਆ ਨਹੀਂ, ਜਦੋਂ ਕੱਪ ਜਿੱਤੇ ਸੀ ਉਦੋਂ ਦਾ ਮੈਨੂੰ ਸ਼ੌਕ ਹੋਇਆ ਤੇ ਅਸੀਂ ਖੇਡਣ ਲੱਗ ਪਏ। ਹਾਂ ਤੁਸੀਂ ਵੀ ਖੇਡਣ ਲੱਗ ਪਏ? ਤੂੰ ਮੇਰੀ ਲਾਵਿਕ ਜਿੱਤੜੀ ਨਾ ਰੋਦਾਈ ਤੂੰ ਬਲ ਬਹਿ ਜਾਣਾ। ਨਾਜ਼ਰੀਨ, ਤੁਸੀਂ ਮੇਰੇ ਪਿਓ ਨਨਕਾਣਾ ਸਾਹਿਬ ਨਿਊਜ਼ ਵਿਊਜ਼, ਅਤੇ ਮੈਂ ਅਲਾ ਯਾਰ ਸਿਆਲ, ਅੱਜ ਮੈਂ ਮੌਜੂਦ ਹਾਂ ਜੀ ਇੱਕ ਪਿਆਰੇ ਜਿਹੇ ਪਿੰਡ ਖੇਪਾਲੀ ਦੇ ਵਿੱਚ। ਖੇਪਾਲੀ ਦੇ ਵਿੱਚ ਆ ਛੋਟੇ ਛੋਟੇ ਬੱਚੇ, ਪਿਆਰੇ ਸੋਹਣੇ, ਸਾਡਾ ਆਉਣ ਵਾਲਾ ਜਨਾਬ ਜੀ ਮੁਸਤਕਬਲ, ਸਾਡੇ ਸਿਤਾਰੇ, ਕਬੱਡੀ ਦੇ ਸ਼ੌਕੀਨ, ਅਤੇ ਕੌਡੀ ਨੂੰ ਜਨਾਬ ਆਹੋ ਜੀ ਜੇ ਚੱਲੇ ਤੂੰ ਧਨ ਓਏ ਆਸ਼ਿਕ ਸਦਾ ਮੁਸਾਫਿਰ ਲਾਂਦੇ ਉੱਡ ਉੱਡ ਪੌਰ ਫੁੱਲਾਂ ਤੇ ਬਾਂਦੇ ਦੇ ਇੱਕ ਪਲ ਬਹਿ ਜਾਣਾ। ਤੈਨੂੰ ਵੀ ਸ਼ੌਕ ਹੈ? ਅੱਛਾ ਜੀ ਤੈਨੂੰ ਵੀ ਸ਼ੌਕ ਹੈ? ਕਿਵੇਂ ਖੇਡੀ ਦੀ ਕਬੱਡੀ? ਇਹਨਾਂ ਵੇਖੋ ਜੀ ਮੈਦਾਨ ਸਜਾਇਆ ਹੋਇਆ ਹੈ ਜਨਾਬ ਜੀ, ਬਾਉਂਡਰੀ ਲਾਈ ਹੋਈ ਹੈ। ਮੈਂ ਸੜਕ ਤੋਂ ਗੁਜ਼ਰ ਰਿਹਾ ਸਾਂ ਅਤੇ ਇਹਨਾਂ 'ਤੇ ਨਜ਼ਰ ਪਈ, ਇਹ ਜਿਹੜੇ ਪਿਆਰੇ ਸਾਡੇ ਆਉਣ ਵਾਲੇ ਖਿਲਾੜੀ ਸੋਹਣੇ ਤੇ ਲਾਡੇ, ਕੌਡੀ ਕੌਡੀ ਕਿਵੇਂ ਖੇਡੀ ਦੀ ਤੁਹਾਡੇ? ਇੱਕ ਮਿੰਟ ਇੱਦਾਂ ਹੋਵੇ ਵੀ ਉਹ ਖੇਡਣ ਲੱਗੇ ਨੇ। ਹਾਂ ਵੀ ਮੈਂ ਖਾਮੋਸ਼ ਰਹੋ, ਚੁੱਪ ਚੁੱਪ, ਵਾਹ ਜਵਾਨ ਦੇ ਵਾਹ। ਉਹ ਇੱਕ ਇੱਕ ਜਣਾ ਕਰਕੇ ਖੇਡੋ, ਇੱਕ ਇੱਕ ਜਣਾ ਕਰਕੇ ਜਿਵੇਂ ਖੇਡੀ ਦੀ। ਉਹ ਸੱਟ ਨਾ ਲੱਗ ਜਾਏ ਕਿਸੇ ਨੂੰ, ਸੱਟ ਨਾ ਲਵਾਇਆ ਜੀ ਕਿਸੇ ਨੂੰ, ਸੱਟ ਨਾ ਮਾਰਿਆ ਜੀ। ਕੌਡੀ ਕਿਉਂ ਖੇਡ ਰਹੇ ਹੋ, ਕੀ ਵਜ੍ਹਾ, ਕਿੱਥੋਂ ਵੇਖੀ ਜੀ? ਧੁੱਪ ਸੜੀ ਵੇਂਦੇ ਹੋ? ਅੱਛਾ ਵੇਖਦੇ ਹੋ ਤੇ ਤੁਹਾਨੂੰ ਸ਼ੌਕ ਲੱਗਾ ਤੇ ਇੱਥੇ ਆ ਤੁਸੀਂ ਮੈਦਾਨ ਬਣਾਇਆ ਹੈ? ਨਹੀਂ ਗਲਤ ਦੱਸ ਪੁੱਤਰ, ਕੀ ਵੱਡੇ ਪਲੇਅਰ ਬਣ ਕੇ ਕਿੱਥੇ ਖੇਡਣਾ ਚਾਹੁੰਦੇ ਹੋ? ਮੈਂ ਅਮੈਰੀਕਾ ਨਾਲ ਖੇਡਣਾ ਚਾਹੁੰਦੇ ਹੋ? ਵਾਹ ਜੀ ਵਾਹ, ਅਮੈਰੀਕਾ ਤਾਂ ਕਬੱਡੀ ਖੇਡਦਾ ਹੀ ਨਹੀਂ। ਆਏ ਨੇ ਜੀ, ਵਾਹ ਜੀ ਵਾਹ ਜੀ ਵਾਹ, ਕੈਂਚੀ ਚੰਗੀ ਛੋੜ ਨੇ ਮਾਰੀ ਹੈ ਜਵਾਨ ਨੇ, ਪਲੇਅਰ ਨੇ, ਪਲੇਅਰ ਚੰਗੀ ਕੈਂਚੀ ਮਾਰੀ ਹੈ ਜੀ ਹੈ ਜਵਾਨਾ। ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ, ਹੁਣ ਜਿੱਤਿਆ ਕਿਹੜਾ ਇੰਨਾ ਚੂ ਜੀ, ਕਿਹੜਾ ਜਿੱਤ ਗਿਆ? ਇਹ ਜਿੱਤ ਗਿਆ, ਵਾਹ ਜੀ ਵਾਹ ਨਾ, ਵਾਹ ਜੀ ਵਾਹ। ਮੁਕਾਬਲਾ ਕਿੰਦਾ ਹੈ ਜੀ, ਦੱਸੋ ਅਗਲਾ ਮੁਕਾਬਲਾ ਕਿੰਦਾ ਹੈ, ਅਗਲਾ ਮੁਕਾਬਲਾ ਕਿੱਦਾਂ ਹੈ ਜੀ? ਇਹ ਬਾਉਂਡਰੀ ਜਨਾਬ, ਬਾਉਂਡਰੀ ਇਹਨਾਂ ਬਣਾਈ ਹੈ ਜਨਾਬ, ਅਤੇ ਰੱਸੀਆਂ ਰੁੱਸੀਆਂ ਲਾ ਕੇ ਨਾਲ ਚਰੀ ਦੇ ਟਾਂਡੇ, ਅਤੇ ਬੜਾ ਖੂਬਸੂਰਤ ਸੀਨ ਇਹਨਾਂ ਬਣਾਇਆ ਹੈ ਵਾਲਾਂ ਨੇ, ਅਤੇ ਇਹਨਾਂ ਨੂੰ ਸ਼ੌਕ ਹੈ ਕੌਡੀ ਦਾ, ਅਤੇ ਮੈਂ ਵੇਖ ਕੇ ਜਨਾਬ ਜੀ ਮੁਤਾਸਰ ਵੀ ਹੋਇਆ ਅਤੇ ਖੁਸ਼ੀ ਵੀ ਹੋਈ ਹੈ ਕਿ ਅਸਲ ਪੰਜਾਬ ਦੀ ਖੇਡ ਇਹ ਇਹਨਾਂ ਬੱਚਿਆਂ ਦੇ ਅੰਦਰ ਜਿੰਨੇ ਵੀ ਪਾਈ ਹੈ। ਮੈਂ ਜਨਾਬ ਉਹਨੂੰ ਅਪਰੀਸ਼ੀਏਟ ਕਰਨਾ ਕਿ ਬੱਚੇ ਇਸ ਖੇਡ ਦੇ ਨਾਲ ਪਿਆਰ ਕਰ ਰਹੇ ਨੇ, ਔਰ ਵਾਹ ਜੀ ਵਾਹ ਵਾਹ ਜਵਾਨ, ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ।
ਨਿੱਕੇ ਪਲੇਅਰ ਆਹ ਵੇਖ ਲਓ ਹੁਣ ਕੌਡੀ ਪੈਣ ਲੱਗੀ ਜਨਾਬ ਜੀ। ਇਹਦੇ ਕਿਹੜਾ ਜਨਾਬ ਜੀ ਕੀ ਨਾਮ ਵੀਰ ਦਾ? ਅਲੀ ਅਦਰ ਤੇ ਤੁਸੀਂ ਕੀ ਖਾਉਂਦੇ ਹੋ? ਇੱਕ ਅਲੀ ਅਦਰ ਤੇ ਇੱਕ ਬਿਲਾਲ ਜਨਾਬ ਆਪਸ ਵਿੱਚ ਪਾਉਣ ਲੱਗੇ ਨੇ ਜੀ ਮੁਕਾਬਲਾ ਸਾਹ ਪਊ ਏ ਤੇ ਵੇਖਿਆ ਜੀ ਹੁਣ ਕੌਡੀ ਦਾ ਸਾਹ ਕੀ। ਸ਼ਾਵਾ ਮੁੰਡਿਆਂ ਦੇ ਜਵਾਨਾਂ ਦੇ ਵੀ ਜਵਾਨਾਂ ਵਾਲੀ ਤਾਂ ਵੀ ਲੰਬ ਨਿਕਲੀ ਹੋਈ ਹੈ। ਵਾਹ 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 ਛੋੜ ਦੇ ਵਾਹ ਕੈਂਚੀ ਚੰਗੀ ਮਾਰੀ ਹੈ ਜਿਹਨੇ ਬਿਲਾਲ ਨੇ। ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜਵਾਨ ਦੇ ਵਾਹ ਆਹ ਤੇਰੀ ਹਿੰਮਤ ਨੂੰ ਸਲਾਮ ਹੈ ਜਿੰਦਾ ਰਹੋ। ਕਿਹੜਾ ਜਿੱਤਿਆ ਕਿਹੜਾ ਜਿੱਤਿਆ? ਆਹ ਜਿੱਤਿਆ ਹੱਥ ਲਾਈ ਜਾਂਦਾ ਦਾ ਪਹਿਲੇ ਗਣੀਕ ਨੇ ਇਹ ਭਲਾ ਕਿਵੇਂ ਹਾਰੇ ਜਿੱਤੇ ਦਾ ਕਿਵੇਂ ਪਤਾ ਲੱਗਦਾ ਦੱਸ ਸਹੀ ਸਾਨੂੰ ਅੱਜ ਕਿਵੇਂ ਤੈਨੂੰ ਕਿਵੇਂ ਪਤਾ ਲੱਗਿਆ ਹਾਰ ਗਿਆ ਜਿੱਤ ਗਿਆ ਕੀ ਕਿਵੇਂ ਨੰਬਰ ਕਿਵੇਂ ਗਿਣੀਦੇ ਨੇ ਪਤਾ ਵੀ ਤਾਂ ਲੱਗੇ ਕੀ ਕੋਈ ਨੀ ਆਰਾਮ ਨਾਲ ਜਦੋਂ ਕੈਂਚੀ ਪੈ ਜਾਂਦੀ ਆ ਫੜਿਆ ਜਾਂਦਾ ਉਹ 10 ਗਿਣਨੇ ਹੁੰਦੇ ਨੇ 10 ਗਿਣਨੇ ਹੁੰਦੇ ਜੇ ਉੱਥੇ ਹੀ ਫੜਿਆ ਰਿਹਾ ਤੇ ਦੂਸਰੇ ਬੰਦੇ ਦਾ ਜਿਹੜਾ ਬੰਦਾ ਜਾਂਦਾ ਹੁੰਦਾ ਬਾਡਾ ਉਹਦਾ ਬਾਡਾ ਨਹੀਂ ਹੁੰਦਾ ਜਿਹੜਾ ਪਕੜ ਕੇ ਰੱਖਦਾ ਹੁੰਦਾ ਬਾਡਾ ਬਾਡਾ ਕਿਹਨੂੰ ਆਪਾਂ